ਸਤਿ ਸ਼੍ਰੀ ਅਕਾਲ ਜੀ। ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ, ਮੈਂ ਆਪ ਸਭ ਨਾਲ ਜਸੀਮਾ। ਕਹਿੰਦੇ ਆ ਕਿ ਆਪਣੇ ਸੰਸਕਾਰਾਂ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ, ਇਹ ਸਾਨੂੰ ਆਪਣਿਆਂ ਦੇ ਨੇੜੇ ਅਤੇ ਆਪਣੇ ਸਮਾਜ ਨਾਲ ਜੋੜ ਕੇ ਵੀ ਰੱਖਦੇ, ਪਰ ਆਪਣੇ ਵਿਚਾਰਾਂ ਦੇ ਨਾਲ ਆਜ਼ਾਦ ਵੀ ਰਹਿਣਾ ਚਾਹੀਦਾ। ਜੋ ਤੁਹਾਡੇ ਵਿਚਾਰ ਨੇ ਅਗਰ ਉਸਦੇ ਨਾਲ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚ ਰਿਹਾ, ਤਾਂ ਉਹੀ ਕਰਮ ਕਰਨੇ ਚਾਹੀਦੇ ਆ ਜੋ ਤੁਹਾਡੇ ਮਨ ਦੀਆਂ ਸਥਿਤੀਆਂ ਤੁਹਾਨੂੰ ਇਜਾਜ਼ਤ ਦੇ ਰਹੀਆਂ ਹੁੰਦੀਆਂ। ਠੀਕ ਹੈ ਜੀ, ਇਹ ਸੀ ਅੱਜ ਦਾ ਸ਼ੁਭ ਵਿਚਾਰ। ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਾਂਗੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਜਾਣਾਂਗੇ ਪੰਚਾਂਗ ਯਾਨੀ ਸਿਤਾਰਿਆਂ ਦੀ ਸਥਿਤੀ ਅਤੇ ਉਸ ਮੁਤਾਬਕ ਹੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਇਸ 'ਤੇ ਚਰਚਾ ਕਰਾਂਗੇ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਹਮੇਸ਼ਾ ਦੀ ਤਰ੍ਹਾਂ ਵਾਸਤੂ ਟਿੱਪ ਵੀ ਦੱਸਾਂਗੇ। ਅੱਜ 19 ਨਵੰਬਰ 2024 ਦਿਨ ਮੰਗਲਵਾਰ ਦਾ ਤਿਥੀ ਰਹੇਗੀ ਜੀ, ਚਤੁਰਥੀ ਤਿਥੀ, ਕ੍ਰਿਸ਼ਨ ਪੱਖ ਦੀ ਚੌਥ ਤਿਥੀ ਦਾ ਪੱਖ ਸ਼ਾਮ ਨੂੰ 5:30 ਵਜੇ ਤੱਕ ਰਹੇਗਾ। ਉਸ ਤੋਂ ਬਾਅਦ ਪੰਚਮੀ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ। ਸਿਤਾਰਿਆਂ ਦੇ ਮੁਤਾਬਕ ਅੱਜ ਆਂਧਰਾ ਨਕਸ਼ੱਤਰ ਚੱਲ ਰਿਹਾ ਯਾਨੀ ਰਾਹੂ ਦਾ ਨਕਸ਼ੱਤਰ ਹੈ, ਅਤੇ ਇਹ ਵੀ ਦੁਪਹਿਰ ਨੂੰ 2:56 ਤੱਕ ਚੱਲੇਗਾ ਅਤੇ ਉਸ ਤੋਂ ਬਾਅਦ ਪੁਨਰਵਸੂ ਨਕਸ਼ੱਤਰ ਸ਼ੁਰੂ ਹੋ ਜਾਏਗਾ। ਗ੍ਰਹਿਆਂ ਦੇ ਮੁਤਾਬਕ ਕੱਲ੍ਹ ਵੀ ਚੰਦਰਮਾ ਮਿਥੁਨ ਰਾਸ਼ੀ ਵਿੱਚ ਸੀ, ਸ਼ੁੱਕਰ ਦੀ ਦ੍ਰਿਸ਼ਟੀ ਸੀ, ਅਤੇ ਅੱਜ ਵੀ ਰਹੇਗੀ। ਅੱਜ ਵੀ ਚੰਦਰਮਾ ਪੂਰਾ ਦਿਨ ਮਿਥੁਨ ਰਾਸ਼ੀ ਵਿੱਚ ਬਣਿਆ ਰਹੇਗਾ, ਪਰ ਸੂਰਜ ਜੋ ਕਿ ਸੰਗਰਾਂਦ 'ਤੇ ਰਾਸ਼ੀ ਪਰਿਵਰਤਨ ਕੀਤਾ ਸੀ, ਉਸਨੇ ਵ੍ਰਿਸ਼ਚਿਕ ਰਾਸ਼ੀ ਵਿੱਚ ਗਿਆ ਸੀ। ਅੱਜ ਸ਼ਨੀ ਦੇ ਨਕਸ਼ੱਤਰ ਯਾਨੀ ਅਨੁਰਾਧਾ ਨਕਸ਼ੱਤਰ ਵਿੱਚ ਸੂਰਜ ਚਲੇ ਜਾਣਗੇ। ਠੀਕ ਹੈ ਜੀ, ਸਿਤਾਰਿਆਂ ਮੁਤਾਬਕ, ਗ੍ਰਹਿਆਂ ਦੇ ਮੁਤਾਬਕ ਜਿੱਦਾਂ ਦੀਆਂ ਵੀ ਸਥਿਤੀਆਂ ਹੋਣ, ਉਸ ਮੁਤਾਬਕ ਚੱਲਣਾ ਹੀ ਅਸਲ ਵਿੱਚ ਸਾਨੂੰ ਨੁਕਸਾਨ ਤੋਂ ਬਚਾਉਂਦਾ ਹੈ। ਭਾਵੇਂ ਕਿ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਕਿਉਂ ਨਾ ਹੋਵੇ, ਜਦੋਂ ਤੁਸੀਂ ਸਿਤਾਰਿਆਂ ਮੁਤਾਬਕ ਚੱਲਦੇ ਹੋ, ਵਕਤ ਨੂੰ ਸਮਝਦੇ ਹੋ, ਤਾਂ ਉਸ ਨੁਕਸਾਨ 'ਚੋਂ ਬੜੀ ਛੇਤੀ ਨਿਕਲ ਜਾਂਦੇ ਹੋ। ਠੀਕ ਹੈ ਜੀ, ਇਹ ਆਪਾਂ ਜਾਣਾਂਗੇ ਕਿ ਕਹਿੰਦੇ ਆ ਤੁਹਾਡੇ ਸਿਤਾਰਿਆਂ ਦੇ ਵਿੱਚ, ਸਿਤਾਰਿਆਂ ਦੀ ਸਥਿਤੀ ਮੁਤਾਬਕ ਕਿੱਦਾਂ ਦਾ ਜਾਏਗਾ ਅੱਜ ਦਾ ਦਿਨ। ਨਾਲ ਹੀ ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਦਾ ਜਨਮ ਦਿਨ, ਸ਼ਾਦੀ ਦੀ ਸਾਲਗਿਰਾ ਜਾਂ ਸ਼ੁਭ ਦਿਨ ਹੈ ਕੋਈ ਵੀ ਤੁਹਾਡੇ ਲਈ, ਤਾਂ ਉਸਨੂੰ ਖੁਸ਼ੀਆਂ ਨੂੰ ਤਾਂ ਹਮੇਸ਼ਾ ਮਨਾਉਣਾ ਚਾਹੀਦਾ, ਆਪਣਿਆਂ ਨਾਲ ਮਨਾਉਣਾ ਚਾਹੀਦਾ ਹੈ। ਦੁੱਗਣੀਆਂ ਤਾਂ ਉਦੋਂ ਹੀ ਹੁੰਦੀਆਂ ਨੇ, ਮਨ ਖੁਸ਼ ਉਦੋਂ ਹੀ ਹੁੰਦਾ, ਇਕੱਲਿਆਂ ਦਾ ਕੁਝ ਵੀ ਨਹੀਂ ਹੈ, ਆਪਾਂ ਨੂੰ ਪਤਾ ਹੀ ਹੈ। ਕੁਦਰਤ ਨੇ ਭਾਵੇਂ ਇਕੱਲੇ ਆਏ ਹਾਂ, ਇਕੱਲੇ ਜਾਣਾ ਹੈ, ਪਰ ਜੋ ਰਿਸ਼ਤੇ ਕੁਦਰਤ ਨੇ ਦਿੱਤੇ ਹਨ, ਉਹਨਾਂ ਦੇ ਨਾਲ ਸਮਾਂ, ਜ਼ਿੰਦਗੀ ਸੌਖੀ ਲੰਘ ਜਾਂਦੀ ਹੈ। ਤਾਂ ਮਾਤਾ ਪਿਤਾ ਦੇ ਪੈਰੀਂ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰੋ। ਨਕਸ਼ੱਤਰ ਜੋ ਅੱਜ ਚੱਲ ਰਿਹਾ ਉਹ ਰਾਹੂ ਦਾ ਨਕਸ਼ੱਤਰ ਹੈ, ਤਾਂ ਤੁਸੀਂ ਗਊਸ਼ਾਲਾ, ਵੇਟ ਜਿੰਨਾ ਹਰਾ ਚਾਰਾ ਦੇਣਾ, ਨਾਰੀਅਲ ਮੰਦਰ ਧਾਰਮਿਕ ਸਥਾਨ 'ਤੇ ਚੜਾਉਣਾ ਜਾਂ ਜਲ ਪ੍ਰਵਾਹ ਕਰਨਾ, ਅਤੇ ਆਪਣੇ ਵੇਟ ਮੁਤਾਬਕ ਜੋਂ ਵੀ ਤੁਸੀਂ ਗਊਸ਼ਾਲਾ ਦੇ ਸਕਦੇ ਹੋ, ਅੱਜ ਦੇ ਦਿਨ ਦਾ ਇਹ ਉਪਾਅ ਰਹੇਗਾ। ਅਤੇ ਹੁਣ ਆਪਾਂ ਜਾਣਦੇ ਹਾਂ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਸ਼ੁਰੂਆਤ ਕਰਦੇ ਹਾਂ ਐਰਿਜ਼ ਯਾਨੀ ਮੇਸ਼ ਰਾਸ਼ੀ ਤੋਂ। ਮੇਸ਼ ਰਾਸ਼ੀ ਦੇ ਲਈ ਜੋ ਚੰਦਰ ਅੱਜ ਵੀ ਤੀਸਰੇ ਸਥਾਨ ਵਿੱਚ, ਰਾਹੂ ਦਾ ਨਕਸ਼ੱਤਰ ਮਿੱਤਰ ਨਹੀਂ ਹੈ, ਇਸ ਕਰਕੇ ਕੋਈ ਵੀ ਕੰਮ ਕਰਨਾ, ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਡੀਲ ਕਰਨੀ ਹੈ, ਤਾਂ ਤਕਰੀਬਨ ਉਸਨੂੰ ਚੰਗੀ ਤਰ੍ਹਾਂ ਜਾਂਚ ਪਰਖ ਲੈਣਾ ਚਾਹੀਦਾ ਹੈ। ਤੀਜੇ ਸਥਾਨ ਵਿੱਚ ਬੈਠਾ ਚੰਦਰ ਉਹਨਾਂ ਲੋਕਾਂ ਦੀ ਸੰਗਤ ਜਾਂ ਉਹਨਾਂ ਲੋਕਾਂ ਦੇ ਨਾਲ ਜ਼ਿਆਦਾ ਨਾ ਬੈਠੋ ਜੋ ਤੁਹਾਨੂੰ ਲੱਗਦਾ ਹੈ ਕਿ ਹਮੇਸ਼ਾ ਤੁਹਾਨੂੰ ਗਰਾਉਣ ਲਈ ਜਾਂ ਕੁਛ ਇੱਦਾਂ ਦਾ ਨੁਕਸਾਨ ਕਰ ਹੀ ਦਿੰਦੇ ਆ ਜੋ ਤੁਹਾਨੂੰ ਪਰੇਸ਼ਾਨ ਕਰਦਾ ਹੈ। ਯਾਨੀ ਕਿ ਦੂਜੇ ਦੇ ਵਿਚਾਰ ਜੋ ਤੁਹਾਨੂੰ ਅੰਦਰ ਉਠਾਉਂਦੇ ਆ, ਉਹਨਾਂ ਦੀ ਸੰਗਤ ਅੱਜ ਤੁਹਾਨੂੰ ਨੁਕਸਾਨ ਅਤੇ ਦਿਮਾਗ ਹੀ ਖਰਾਬ ਕਰੇਗੀ। ਤਾਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਦੋਸਤ ਮਿੱਤਰ ਜੋ ਜ਼ਰੂਰੀ ਤੁਹਾਡਾ ਚੰਗਾ ਸਾਥ ਦਿੰਦੇ ਆ, ਉਹਨਾਂ ਦੇ ਨਾਲ ਤਾਂ ਜ਼ਰੂਰ ਕਿਤੇ ਨਾ ਕਿਤੇ ਜਾ ਸਕਦੇ ਹੋ, ਪਰ ਜੋ ਤੁਹਾਡੀ ਐਨਰਜੀ ਨੂੰ ਜਾਂ ਤੁਹਾਡੀ ਸੋਚ ਨੂੰ ਜਾਂ ਤੁਹਾਡੇ ਮਨ ਨੂੰ ਹਮੇਸ਼ਾ ਇੱਦਾਂ ਦੀ ਉਦਾਸੀ ਜਾਂ ਕੋਈ ਗੱਲਬਾਤ ਰਾਹੀਂ ਕਰ ਦਿੰਦੇ, ਤਾਂ ਉਹਨਾਂ ਤੋਂ ਦੂਰੀ ਬਣਾਓ। ਤੀਜੇ ਬੈਠੇ ਚੰਦਰ ਨੂੰ ਸ਼ੁਭ ਕਰਨ ਦੇ ਲਈ 300 ਗ੍ਰਾਮ ਚੌਲ ਲੈ ਕੇ ਧਾਰਮਿਕ ਸਥਾਨ 'ਤੇ ਰੱਖੋ, ਸ਼ੁਭ ਫਲ ਮਿਲੇਗਾ। ਮਾਂ ਦੇ ਪੈਰੀਂ ਹੱਥ ਅੱਜ ਵੀ ਜ਼ਰੂਰ ਲਗਾਓ, ਅਤੇ ਕੋਈ ਡੀਲ ਕਰਨੀ ਹੋਵੇ ਤਾਂ ਸ਼ਾਮ ਤੋਂ ਬਾਅਦ ਗੁਰੂ ਦਾ ਨਕਸ਼ੱਤਰ ਆਏਗਾ, ਉਸ ਟਾਈਮ 'ਤੇ ਤੁਸੀਂ ਕਰ ਸਕਦੇ ਹੋ, ਤਾਂ ਥੋੜ੍ਹਾ ਜਿਹਾ ਵਕਤ ਨੂੰ ਟਾਲ ਕੇ ਹੀ ਚੱਲੋ।
ਸ਼ੁਭ ਰੰਗ ਤੁਹਾਡਾ ਅੱਜ ਵਾਈਟ ਜਾਂ ਕਰੀਮ ਰਹੇਗਾ ਤੇ ਸ਼ੁਭ ਨੰਬਰ ਰਹੇਗਾ 12। ਟੌਰਸ ਯਾਨੀ ਬ੍ਰਿਖ ਰਾਸ਼ੀ। ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰਿਆਂ ਦੇ ਹਿਸਾਬ ਦੇ ਨਾਲ ਰਾਹੂ ਦਾ ਨਕਸ਼ੱਤਰ ਮਿੱਤਰ ਹੈ, ਨਵੀਂ ਡੀਲ ਹੋਏਗੀ, ਸਮਝਦਾਰੀ ਨਾਲ ਕੀਤੇ ਗਏ ਕੰਮ ਅੱਗੇ ਵਧਣ ਵਿੱਚ ਸਕਸੈਸ ਦਿਵਾਉਣਗੇ। ਬਿਜ਼ਨਸ ਕਰਦੇ ਹੋ ਤੁਸੀਂ ਟੂਰ ਐਂਡ ਟਰੈਵਲ ਦਾ, ਤਾਂ ਉਸ ਵਿੱਚ ਤੁਹਾਨੂੰ ਅੱਛਾ ਫਾਇਦਾ ਹੋ ਸਕਦਾ ਹੈ। ਵਿਦੇਸ਼ ਜਾਣ ਲਈ ਵੀ ਸ਼ੁਭ ਸਿਤਾਰੇ ਚੱਲਦੇ ਪਏ ਆ, ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ, ਧਨ ਦੂਸਰੇ ਬੈਠਾ ਚੰਦਰ ਦੇ ਹੀ ਰਿਹਾ ਹੈ। ਸ਼ੁਭ ਰੰਗ ਤੁਹਾਡਾ ਅੱਜ ਸਿਲਵਰ ਰਹੇਗਾ, ਸ਼ੁਭ ਨੰਬਰ ਰਹੇਗਾ ਜੀ 11। ਜੈਮਿਨੀ ਯਾਨੀ ਮਿਥੁਨ ਰਾਸ਼ੀ। ਮਿਥੁਨ ਰਾਸ਼ੀ ਵਾਲਿਆਂ ਦੇ ਲਈ ਚੰਦਰ ਲਗਨ ਵਿੱਚ ਰਹੇਗਾ, ਥੋੜ੍ਹਾ ਖਾਣ ਪੀਣ ਵੱਲ ਧਿਆਨ ਦੇਣਾ ਪਵੇਗਾ, ਨਹੀਂ ਤਾਂ ਸਿਹਤ ਖਰਾਬ ਹੋ ਜਾਏਗੀ। ਬਾਹਰੀ ਖਾਣੇ ਤੋਂ ਪਰਹੇਜ਼ ਰੱਖੋ, ਜ਼ਿਆਦਾ ਵਧੀਆ। ਪੇਟ ਸੰਬੰਧੀ ਪਰੇਸ਼ਾਨੀਆਂ ਤੁਹਾਡੀਆਂ ਵੱਧ ਸਕਦੀਆਂ ਨੇ, ਲੱਤਾਂ ਪੈਰਾਂ ਗਿੱਟਿਆਂ ਵਿੱਚ ਦਰਦ ਹੋ ਸਕਦਾ, ਤਾਂ ਸੈਰ ਜ਼ਰੂਰੀ, ਤਾਂ ਹੀ ਬੁੱਧ ਸ਼ੁਭ ਫਲ ਦੇਵੇਗਾ। ਰਾਹੂ ਦਾ ਨਕਸ਼ੱਤਰ ਭਾਵੇਂ ਮਿੱਤਰ ਨਹੀਂ ਹੈ, ਸਰਕਾਰੀ ਚਿੱਠੀ ਕੋਈ ਆ ਸਕਦੀ ਹੈ, ਸਰਕਾਰੀ ਨੋਟਿਸ ਮਿਲ ਸਕਦਾ, ਤਾਂ ਹਰ ਤਰ੍ਹਾਂ ਨਾਲ ਹਰ ਕੰਮ ਨੂੰ ਬੜਾ ਸੁਚੇਤ ਰਹਿ ਕੇ ਕਰਨਾ ਹੀ ਅੱਜ ਦੇ ਦਿਨ ਨੂੰ ਬਿਹਤਰ ਬਣਾਏਗਾ। ਬੁੱਧ ਨੂੰ ਸ਼ੁਭ ਕਰਨ ਦੇ ਲਈ ਹਰੀ ਮੂੰਗੀ ਪੰਛੀਆਂ ਨੂੰ ਪਾਓ, ਅਤੇ ਜੋ ਰਾਹੂ ਦਾ ਨਕਸ਼ੱਤਰ ਹੈ ਉਹ ਵੀ ਸ਼ੁਭ ਫਲ ਦੇਵੇ, ਤਾਂ ਰਸੋਈ 'ਚ ਬੈਠ ਕੇ ਖਾਣਾ ਖਾਓ। ਸ਼ੁਭ ਰੰਗ ਅੱਜ ਪਿਸਤਾ ਕਲਰ ਰਹੇਗਾ, ਸ਼ੁਭ ਨੰਬਰ ਰਹੇਗਾ ਜੀ 7। ਕੈਂਸਰ ਯਾਨੀ ਕਰਕ ਰਾਸ਼ੀ। ਕਰਕ ਰਾਸ਼ੀ ਵਾਲਿਆਂ ਦੇ ਲਈ ਕੁਛ ਨਵਾਂ ਸਿੱਖਣ, ਕੁਛ ਨਵਾਂ ਪੜ੍ਹਨ ਦਾ ਮਨ ਰਹੇਗਾ, ਜਿਸ ਕਰਕੇ ਥੋੜ੍ਹੀ ਐਨਰਜੀ ਤੁਹਾਡੀ ਅੱਛੀ ਰਹੇਗੀ। ਭਾਵੇਂ ਕਿ ਸ਼ਾਮ ਨੂੰ ਥੋੜ੍ਹੀ ਕਲਪਾਹਟ ਵੱਧ ਸਕਦੀ ਆ, ਪਰ ਸ਼ਾਮ ਨੂੰ ਬ੍ਰਹਿਸਪਤ ਦਾ ਨਕਸ਼ੱਤਰ ਆ ਜਾਏਗਾ, ਤਾਂ ਚੰਦਰ 12ਵੇਂ ਕੋਈ ਨੁਕਸਾਨ ਨਹੀਂ ਕਰੇਗਾ। ਰਾਤ ਨੂੰ ਦੁੱਧ ਦਾ ਸੇਵਨ ਨਹੀਂ ਕਰਨਾ। ਰੈੱਡ ਜਾਂ ਗੁਲਾਬੀ ਜਾਂ ਪੀਚ ਕਲਰ ਅੱਜ ਤੁਹਾਡਾ ਸ਼ੁਭ ਰਹੇਗਾ, ਅਤੇ ਸ਼ੁਭ ਨੰਬਰ ਰਹੇਗਾ ਜੀ 2। ਲੀਓ ਯਾਨੀ ਸਿੰਘ। ਸਿੰਘ ਰਾਸ਼ੀ ਵਾਲਿਆਂ ਦੇ ਲਈ ਜੋ ਸੰਗਤ ਹੈ ਉਸਦਾ ਅਸਰ ਪੂਰੀ ਤਰ੍ਹਾਂ ਨਾਲ ਮਿਲੇਗਾ। ਧੰਨਵਾਦ ਕਰੋ ਕਿਸੇ ਦੀ ਦਿੱਤੀ ਸਲਾਹ ਲਈ, ਕਿਸੇ ਦੇ ਦਿੱਤੇ ਕੰਮ ਲਈ। ਜੋ ਤੁਹਾਡੇ ਕੋਈ ਮਦਦ ਕੀਤੀ ਹੈ ਉਸਨੇ, ਤਾਂ ਉਸਦਾ ਧੰਨਵਾਦ ਕਰੋਗੇ, ਤਾਂ ਜੋ ਨਕਸ਼ੱਤਰ ਹੈ ਰਾਹੂ ਦਾ ਉਹ ਵੀ ਸ਼ਾਂਤ ਰਹਿ ਜਾਏਗਾ। ਰਾਹੂ ਦਾ ਨਕਸ਼ੱਤਰ ਮਿੱਤਰ ਨਹੀਂ ਹੈ, ਤਾਂ ਇਸ ਕਰਕੇ ਪਿਤਾ ਨਾਲ ਬਹਿਸਬਾਜ਼ੀ ਨਹੀਂ ਕਰਨੀ, ਅਤੇ ਪਿਤਾ ਦੇ ਨਾਲ ਸਲਾਹ ਕਰਕੇ ਚੱਲਣ 'ਤੇ ਹੀ ਸੂਰਜ ਦਾ ਸ਼ੁਭ ਫਲ ਮਿਲੇਗਾ। ਕਿਉਂਕਿ ਰਾਹੂ ਜੋ ਹੈ ਨਾ ਉਹ ਸੂਰਜ ਨੂੰ ਨੌਵੀਂ ਦ੍ਰਿਸ਼ਟੀ ਨਾਲ ਦੇਖ ਵੀ ਰਿਹਾ ਹੈ, ਜਿਸ ਕਰਕੇ ਥੋੜ੍ਹੀ ਪਿਤਾ ਦੀ ਸਿਹਤ ਵੀ ਵਿਗੜ ਸਕਦੀ ਆ। ਤਾਂ ਕੀ ਕਰਨਾ ਤੁਸੀਂ ਸੂਰਜ ਨੂੰ ਸ਼ੁਭ ਕਰਨ ਦੇ ਲਈ? ਜਲਦੀ ਉੱਠਣਾ, ਗਾਇਤਰੀ ਮੰਤਰ ਸੁਣਨਾ, ਦਿਨ ਦਾ ਉਪਾਅ ਰਹੇਗਾ। ਸ਼ੁਭ ਰੰਗ ਤੁਹਾਡਾ ਬਰਾਊਨ ਰਹੇਗਾ, ਸ਼ੁਭ ਨੰਬਰ ਰਹੇਗਾ ਜੀ ਤਕਰੀਬਨ 9 ਨੰਬਰ। ਅਗਲੀ ਰਾਸ਼ੀ ਵਰਗੋ ਜਾਣੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਰਾਹੂ ਦਾ ਨਕਸ਼ੱਤਰ ਹੈ ਭਾਵੇਂ ਮਿੱਤਰ ਹੈ, ਪਰ ਰਾਹੂ ਕਿਉਂਕਿ 7ਵੇਂ ਸਥਾਨ ਵਿੱਚ ਹੈ, ਤਾਂ ਦਿਮਾਗ ਵਿੱਚ ਮਨ ਵਿੱਚ ਕੁਝ ਨਾ ਕੁਝ ਗਲਤ ਵਹਿਮੀਆਂ ਨੂੰ ਦੂਰ ਕਰਨ ਦੇ ਲਈ ਤੁਹਾਨੂੰ ਯਤਨ ਜ਼ਰੂਰ ਕਰਨੇ ਚਾਹੀਦੇ ਆ। ਜੋ ਦਿਮਾਗ ਵਿੱਚ ਸ਼ੱਕ ਹੈ ਉਸਨੂੰ ਦੂਰ ਕੱਢਣ ਦੇ ਕਰਨ ਦੇ ਲਈ ਵੀ ਆਪਣੇ ਪਰਿਵਾਰ ਵਿੱਚ ਬੈਠ ਕੇ ਗੱਲਬਾਤ ਜ਼ਰੂਰ ਕਰੋ। ਕੇਤੂ ਲੱਗਣ ਵਿੱਚ ਦਿਖੇਗਾ ਕੁਛ ਹੋਰ, ਹੋ ਕੁਛ ਹੋ ਰਿਹਾ, ਜੋ ਤੁਹਾਡੇ ਦਿਮਾਗ ਮੰਨਣ ਲਈ ਤਿਆਰ ਨਹੀਂ ਹੈ, ਤਾਂ ਇਹਨਾਂ ਨੂੰ ਦੂਰ ਕਰਨ ਲਈ ਤੁਹਾਨੂੰ ਆਪਣੇ ਆਪ ਨੂੰ ਵੀ ਅਤੇ ਪਰਿਵਾਰ ਨੂੰ ਵੀ ਵਕਤ ਦੇ ਕੇ ਗੱਲਬਾਤ ਕਰਨੀ ਚਾਹੀਦੀ ਹੈ। ਪੇਟ 'ਚ ਇਨਫੈਕਸ਼ਨ ਤੋਂ ਬਚਣ ਦੇ ਲਈ ਬਾਹਰੀ ਖਾਣੇ ਤੋਂ ਪਰਹੇਜ਼ ਰੱਖੋ, ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ। ਅਗਰ ਯਾਤਰਾ ਜ਼ਰੂਰੀ ਹੋਵੇ ਤਾਂ ਚਾਂਦੀ ਕੋਲ ਲੈ ਕੇ ਜਾਓ। ਸ਼ੁਭ ਰੰਗ ਤੁਹਾਡਾ ਰਹੇਗਾ ਫਰੋਜ਼ੀ ਕਲਰ, ਅਤੇ ਸ਼ੁਭ ਨੰਬਰ ਰਹੇਗਾ 8। ਲਿਬਰਾ ਤੁਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਦੇ ਲਈ ਕਰਜ਼ਾ, ਬਿਮਾਰੀ, ਰੋਗ ਨੂੰ ਲੈ ਕੇ ਥੋੜ੍ਹੀਆਂ ਚਿੰਤਾਵਾਂ ਰਹਿਣਗੀਆਂ, ਪਰ ਕਿਉਂਕਿ 9ਵੇਂ ਚੰਦਰ ਹੈ, ਤਾਂ ਇਸ ਕਰਕੇ ਤੁਸੀਂ ਤੁਹਾਡੀ ਸੋਚ ਸਾਤਵਿਕ ਅਤੇ ਧਾਰਮਿਕ ਕੰਮਾਂ ਵਿੱਚ ਰੁਚੀ ਤੁਹਾਡੇ ਮਨ ਨੂੰ ਮਜ਼ਬੂਤੀ ਦੇਵੇਗੀ। ਤਾਂ ਇਸ ਕਰਕੇ ਲੋਕਾਂ ਨਾਲ ਗੱਲਬਾਤ ਕਰਕੇ, ਪਰਿਵਾਰ ਨਾਲ ਗੱਲਬਾਤ ਕਰਕੇ ਮਨ ਨੂੰ ਹਲਕਾ ਕਰੋ, ਧਾਰਮਿਕ ਸਥਾਨ 'ਤੇ ਜਾਓ, 9 ਚਿੱਟੀਆਂ ਕਲੀਆਂ ਚੜ੍ਹਾਓ, ਦਿਨ ਅੱਛਾ ਹੋ ਜਾਏਗਾ। ਰਾਹੂ ਦਾ ਨਕਸ਼ੱਤਰ 6ਵੇਂ ਸਥਾਨ ਵਿੱਚ, ਵਿਰੋਧੀਆਂ ਦੁਆਰਾ ਕੋਈ ਨੁਕਸਾਨ ਨਹੀਂ ਹੋਣ ਦੇਵੇਗਾ। ਸ਼ੁਭ ਰੰਗ ਅੱਜ ਡਾਰਕ ਗ੍ਰੇ ਕਲਰ ਰਹੇਗਾ, ਸ਼ੁਭ ਨੰਬਰ ਰਹੇਗਾ ਜੀ 4। ਅਗਲੀ ਰਾਸ਼ੀ
ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ, ਵ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਨਾ ਰਾਹੂ ਦਾ ਨਕਸ਼ੱਤਰ ਮਿੱਤਰ ਹੈ ਅਤੇ ਨਾ ਹੀ ਜੋ 8ਵੇਂ ਸਥਾਨ ਵਿੱਚ ਬੈਠਾ ਚੰਦਰ ਹੈ ਜੋ ਕਿਸਮਤ ਦਾ ਮਾਲਕ ਹੈ। ਆਪਣੇ ਤੋਂ 8ਵੇਂ ਸਥਾਨ ਵਿੱਚ ਬੈਠ ਕੇ ਕੁਛ ਆਪਣੇ ਤੋਂ 12ਵੇਂ ਬੈਠ ਕੇ ਰਾਸ਼ੀ ਤੋਂ 8ਵੇਂ ਬਹਿ ਕੇ ਕੋਈ ਨਾ ਕੋਈ ਮਨ ਘੜਤ, ਕੋਈ ਨਾ ਕੋਈ ਪਰੇਸ਼ਾਨੀ, ਕੋਈ ਨਾ ਕੋਈ ਦਿਮਾਗ ਵਿੱਚ ਉਲਝੇਵੇਂ ਜੋ ਹੈ ਉਸ ਵਿੱਚ ਤੁਸੀਂ ਉਲਝੇ ਜੇ ਰਹੋਗੇ। ਕਹਿ ਦਿੰਦੇ ਹਾਂ ਨਾ ਆਪਾਂ ਕਈ ਵਾਰ ਕਿ ਕੋਈ ਰਸਤਾ ਹੀ ਨਹੀਂ ਮਿਲ ਰਿਹਾ, ਬਸ ਇਹ ਕਹਿ ਸਕਦੇ ਹਾਂ ਕਿ ਮਨ ਵਿੱਚ ਅਜੀਬ ਤਰ੍ਹਾਂ ਦੇ ਖਿਆਲ ਮਨ ਨੂੰ ਢਹਿ ਢੇਰੀ ਕਰ ਸਕਦੇ ਆ। ਇੱਕ ਤਾਂ ਪਾਣੀ 'ਚ ਦੁੱਧ ਪਾ ਕੇ ਨਹਾਓ, ਅਤੇ ਇੱਕ ਆਪਣੇ ਗਲੇ ਦੀ ਇਨਫੈਕਸ਼ਨ ਅਗਰ ਹੋ ਰਹੀ ਹੋਵੇ ਤਾਂ ਠੰਡੀਆਂ ਤੱਤੀਆਂ ਚੀਜ਼ਾਂ ਦਾ ਪਰਹੇਜ਼ ਧਿਆਨ ਨਾਲ ਕਰੋ, ਅਤੇ ਦੂਜਾ ਚੰਦਰ ਨੂੰ ਸ਼ੁਭ ਕਰਨ ਲਈ ਮਾਂ ਦੀ ਐਨਰਜੀ ਲਓ, ਮਾਂ ਦਾ ਹੱਥ ਆਪਣੇ ਸਿਰ 'ਤੇ ਰਖਾਓ, ਦਿਨ ਵਧੀਆ ਹੋ ਜਾਏਗਾ। ਯਾਤਰਾ ਅਗਰ ਕਰਨੀ ਹੈ ਤਾਂ ਸ਼ਾਮ ਤੋਂ ਬਾਅਦ ਅਗਲੇ ਦਿਨ ਕਰ ਸਕਦੇ ਹੋ ਤੁਸੀਂ, ਕਿਉਂਕਿ ਚੰਦਰ ਵੀ ਚੇਂਜ ਹੋ ਜਾਏਗਾ ਅਤੇ ਬ੍ਰਹਿਸਪਤ ਦਾ ਨਕਸ਼ੱਤਰ ਸ਼ੁਭ ਫਲ ਦਏਗਾ, ਯਾਨੀ ਸ਼ਾਮ ਨੂੰ ਪੈਸਾ ਵੀ ਆਏਗਾ ਅਤੇ ਡੀਲ ਵੀ ਅੱਛੀ ਹੋ ਜਾਏਗੀ। ਕਲਰ ਕੋਈ ਵੀ ਪਹਿਨ ਸਕਦੇ ਹੋ, ਨੀਲਾ ਰੰਗ ਨਹੀਂ ਪਾਉਣਾ, ਅਤੇ ਸ਼ੁਭ ਨੰਬਰ ਤੁਹਾਡਾ ਰਹੇਗਾ ਜੀ 2 ਨੰਬਰ। ਸੈਜੀਟੇਰੀਅਸ ਯਾਨੀ ਧਨੁ ਰਾਸ਼ੀ ਵਾਲਿਆਂ ਨੂੰ ਪੈਤ੍ਰਿਕ ਸੰਪਤੀ ਨੂੰ ਲੈ ਕੇ ਕੋਈ ਨਾ ਕੋਈ ਉਲਝੇਵਾਂ ਵੱਧ ਸਕਦਾ ਹੈ, ਤਾਂ ਕੋਈ ਪੇਪਰ ਹੈ, ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਕਿਤੇ ਹੋਈ ਹੈ ਤਾਂ ਉਹਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਧਨ ਕੰਮ ਕਰ ਬਿਜ਼ਨਸ ਲਈ ਅੱਜ ਦਾ ਦਿਨ ਅੱਛਾ ਜਾਣ ਵਾਲਾ ਹੈ। ਰਾਹੂ ਦਾ ਨਕਸ਼ੱਤਰ ਥੋੜ੍ਹੀ ਮਨ 'ਤੇ ਪਰਦਾ ਜਿਹਾ ਪਾਇਆ ਰਹੇਗਾ, ਅਤੇ ਘਰ ਵਿੱਚ ਜਾਂ ਪੈਤ੍ਰਿਕ ਸੰਪਤੀ ਨੂੰ ਲੈ ਕੇ ਉਲਝੇਵਾਂ ਜਾਂ ਬਹਿਸਬਾਜ਼ੀ ਬਜ਼ੁਰਗਾਂ ਨਾਲ ਬਿਲਕੁਲ ਨਹੀਂ ਕਰਨੀ ਚਾਹੀਦੀ, ਇਹਦੇ ਨਾਲ ਬ੍ਰਹਿਸਪਤ ਖਰਾਬ ਹੋ ਸਕਦਾ। ਜ਼ਰੂਰਤ ਦੇਖ ਕੇ ਕੀਤੇ ਗਏ ਖਰਚੇ ਤੁਹਾਨੂੰ ਆਰਥਿਕ ਸਥਿਤੀ ਨੂੰ ਠੀਕ ਰੱਖਣਗੇ, ਅਤੇ ਨਾਲ ਬ੍ਰਹਿਸਪਤ ਨੂੰ ਸ਼ੁਭ ਕਰਨ ਲਈ, ਚੰਦਰ ਨੂੰ ਸ਼ੁਭ ਕਰਨ ਲਈ ਕੱਚ ਦਾ ਗਲਾਸ ਨਾ ਵਰਤੋ। ਰਾਹੂ ਨੂੰ ਸ਼ਾਂਤ ਕਰਨ ਲਈ ਇੱਕ ਨਾਰੀਅਲ ਜਲ ਪ੍ਰਵਾਹ ਕਰ ਦਿਓ। ਕਲਰ ਅੱਜ ਤੁਹਾਡਾ ਸ਼ੁਭ ਮਹਿਰੂਨ, ਅਤੇ ਸ਼ੁਭ ਨੰਬਰ ਰਹੇਗਾ 9। ਅਗਲੀ ਰਾਸ਼ੀ ਕੈਪਰੀਕੋਨ ਯਾਨੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਦੇ ਲਈ ਬਿਜ਼ੀ ਰਹੋਗੇ ਤੁਸੀਂ, ਕਾਫੀ ਕੰਮ ਕਾਰਾਂ ਦੇ ਵਿੱਚ ਭੱਜ ਨੱਠ ਬਣੀ ਰਹੇਗੀ। ਲਾਭ ਦੇਖ ਕੇ ਕੋਈ ਵੀ ਚੀਜ਼ ਜਾਂ ਕੋਈ ਡੀਲ ਕਰਨਾ ਉਦੋਂ ਤੱਕ ਸਹੀ ਨਹੀਂ ਹੈ ਜਦੋਂ ਤੱਕ ਪਰਿਵਾਰ ਦਾ ਸਾਥ ਨਹੀਂ ਮਿਲਦਾ। ਤਾਂ 6ਵੇਂ ਚੰਦਰ ਹੈ, ਮਨ ਨੂੰ ਉਦਾਸੀ ਦੇ ਜਾਏਗਾ, ਤਾਂ ਪਰਿਵਾਰ ਦੀ ਸਲਾਹ ਨਾਲ ਚੱਲੋਗੇ ਤਾਂ 7ਵੇਂ ਬੈਠਾ ਮੰਗਲ ਵੀ ਸ਼ੁਭ ਹਲ ਦੇ ਜਾਏਗਾ, ਹੈ ਨਾ। ਤਾਂ ਵਾਦ ਵਿਵਾਦ ਕਰਨ ਤੋਂ ਤਾਂ ਚਲੋ ਬਚਣਾ ਹੀ ਹੈ, ਆਪਣੇ ਆਪ ਵਿੱਚ ਥੋੜ੍ਹਾ ਪਰਿਵਰਤਨ ਕਰਕੇ ਤੁਹਾਨੂੰ ਜ਼ਿਆਦਾ ਸ਼ੁਭ ਨਤੀਜੇ ਮਿਲ ਸਕਦੇ ਆ। ਤਾਂ ਮਕਰ ਰਾਸ਼ੀ ਵਾਲਿਆਂ ਨੇ ਅੱਜ ਦੇ ਦਿਨ ਜੋ ਕਹਿ ਸਕਦੇ ਹਾਂ ਆਪਾਂ ਕਿ ਮਿੱਟੀ ਰੰਗ ਦਾ ਕਲਰ, ਜਿਹਨੂੰ ਆਪਾਂ ਹਲਕਾ ਜਿਹਾ ਸਕਿਨ ਕਲਰ ਵੀ ਕਹਿੰਦੇ ਹਾਂ, ਸਕਿਨ ਕਲਰ ਤੁਹਾਡਾ ਅੱਜ ਸ਼ੁਭ ਰਹੇਗਾ, ਅਤੇ ਸ਼ੁਭ ਨੰਬਰ ਰਹੇਗਾ 6। ਅਕਿਊਰਸ ਯਾਨੀ ਕੁੰਭ ਰਾਸ਼ੀ। ਕੁੰਭ ਰਾਸ਼ੀ ਦੇ ਲਈ ਅੱਜ ਚੰਦਰ ਸੋਚ ਸਥਾਨ ਵਿੱਚ ਹੈ, ਰਾਹੂ ਦਾ ਨਕਸ਼ੱਤਰ ਮਿੱਤਰ ਹੈ, ਪ੍ਰੋਪਰਟੀ ਦੀ ਦੀ ਜੋ ਹੈ ਉਹ ਹੋ ਸਕਦੀ ਹੈ ਅੱਜ ਤੁਹਾਡੀ, ਅਤੇ ਜੋ ਕੋਈ ਮਾਲ ਵਗੈਰਾ ਸੀ ਤੁਹਾਡਾ ਕੋਈ ਕਿਤੇ ਭੇਜਿਆ ਸੀ ਜਾਂ ਬੁਟੀਕ ਦਾ ਸੀ ਕੋਈ ਕੰਮ ਕਾਰ ਰਿਜੈਕਟ ਹੋਇਆ ਸੀ ਤਾਂ ਉਹ ਤੁਹਾਨੂੰ ਨਵੇਂ ਸੌਦੇ ਦੁਆਰਾ ਤੋਂ ਮਿਲ ਸਕਦੇ ਆ। ਅਤੇ ਪਰਿਵਾਰ ਵਿੱਚ ਬੈਠ ਕੇ ਖਾਣਾ ਖਾਣਾ ਤੁਹਾਡੇ ਲਈ ਅੱਜ ਸ਼ੁਭ ਰਹੇਗਾ, ਹਲਕਾ ਭੋਜਨ ਅਤੇ ਅੱਛੀ ਨੀਂਦ, ਇਹ ਚੰਦਰ 5ਵੇਂ ਦਾ ਸ਼ੁਭ ਫਲ ਹੈ, ਅਤੇ ਇਸ ਦੇ ਲਈ ਤੁਸੀਂ ਹਲਕਾ ਖਾਣਾ ਖਾਣਾ ਹੈ, ਮਿਸ਼ਰੀ ਦਾ ਸੇਵਨ ਸਵੇਰ ਤੋਂ ਕਰ ਲੈਣਾ ਹੈ, ਅਤੇ ਸੈਰ ਜ਼ਰੂਰ ਕਰਨੀ ਹੈ, ਦਿਨ ਵਧੀਆ ਹੀ ਜਾਏਗਾ, ਠੀਕ। ਅਤੇ ਨਾਲ ਹੀ ਜੋ ਚੰਦਰ ਸੋਚ ਸਥਾਨ ਵਿੱਚ ਹੈ ਤਾਂ ਬੱਚਿਆਂ ਨਾਲ ਬਹਿਸਬਾਜ਼ੀ ਕਰਨ ਤੋਂ ਬਚੋ, ਖੁਦ ਬੱਚੇ ਹੋ ਤਾਂ ਪੜ੍ਹਾਈ ਵੱਲ ਧਿਆਨ ਦਿਓ, ਦਿਨ ਵਧੀਆ ਜਾਏਗਾ। ਕਲਰ ਕੋਈ ਵੀ ਪਹਿਨੋ, ਅੱਜ ਦੇ ਦਿਨ ਦਾ ਸ਼ੁਭ ਨੰਬਰ 11। ਪਾਈਸਿਸ ਯਾਨੀ ਮੀਨ ਰਾਸ਼ੀ। ਮੀਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਚੰਦਰ ਅੱਜ 4ਥੇ ਸਥਾਨ ਵਿੱਚ ਹੈ, ਰਾਹੂ ਦਾ ਨਕਸ਼ੱਤਰ ਮਿੱਤਰ ਨਹੀਂ ਹੈ, ਅਤੇ ਇੱਕ ਰਾਹੂ ਪਹਿਲਾਂ ਤੋਂ ਹੀ ਲਗਨ ਵਿੱਚ ਚੱਲ ਰਿਹਾ, ਇਸ ਕਰਕੇ ਇੱਦਾਂ ਦੇ ਸਮਾਚਾਰ ਪੜ੍ਹਨਾ, ਇੱਦਾਂ ਦੀ ਗੱਲਬਾਤ ਸੁਣਨਾ, ਇੱਦਾਂ ਦੀਆਂ ਵੀਡੀਓ ਜਾਂ ਮੋਬਾਈਲ 'ਤੇ ਸਾਰਾ ਦਿਨ ਬੈਠੇ ਰਹਿਣਾ ਦਿਮਾਗ, ਅੱਖਾਂ ਅਤੇ ਮਨ ਤਿੰਨਾਂ ਨੂੰ ਖਰਾਬ ਕਰੇਗਾ। ਤਾਂ ਥੋੜ੍ਹੀ ਮੋਬਾਈਲ ਤੋਂ ਦੂਰੀ ਬਣਾ ਕੇ ਰੱਖੋ, ਪਰਿਵਾਰ ਵਿੱਚ ਹਰ ਗੱਲ ਡਿਸਕਸ਼ਨ ਕਰੋ, ਅਤੇ ਬੇਸ਼ੱਕ ਤੁਹਾਡੇ ਕੰਮਕਾਰ ਅੱਛੇ ਆ, ਪਿੱਠ ਪਿੱਛੇ ਤੁਹਾਡੀ ਤਾਰੀਫ ਹੋ ਰਹੀ ਹੈ, ਪਰ ਰਾਹੂ ਦੀ ਐਨਰਜੀ ਨੂੰ ਜ਼ਿਆਦਾ ਆਪਣੇ ਨਾਲ ਅਟੈਚ ਰੱਖਣਾ, ਮਤਲਬ ਮੋਬਾਈਲ ਇਲੈਕਟ੍ਰੋਨਿਕ ਸਮਾਨ ਰਾਹੂ ਹੀ ਮੰਨੇ ਜਾਂਦੇ ਆ,
ਤੇ ਇਹ ਤੁਹਾਡੀ ਸਿਹਤ ਨੂੰ ਖਰਾਬ ਕਰਨਗੇ, ਮਨ ਨੂੰ ਖਰਾਬ ਕਰਨਗੇ, ਵਾਹਨ ਵੀ ਥੋੜ੍ਹਾ ਧਿਆਨ ਨਾਲ ਚਲਾਓਗੇ ਤਾਂ ਰਾਹੂ ਦਾ ਨਕਸ਼ਤਰ ਸ਼ਾਮ ਤੋਂ ਬਾਅਦ ਸਮਾਂ ਜੋ ਹੈ ਬਿਲਕੁਲ ਬਿਹਤਰ ਹੋ ਜਾਏਗਾ ਕਿਉਂਕਿ ਸ਼ਾਮ ਨੂੰ ਬ੍ਰਹਿਸਪਤ ਦਾ ਨਕਸ਼ਤਰ ਚੱਲ ਪਏਗਾ, ਰੁਕੇ ਹੋਏ ਕੰਮ ਹੋ ਜਾਣਗੇ। ਸ਼ੁਭ ਰੰਗ ਤੁਹਾਡਾ ਅੱਜ ਦੇ ਦਿਨ ਲੈਮਨ ਕਲਰ ਰਹੇਗਾ। ਸ਼ੁਭ ਨੰਬਰ ਰਹੇਗਾ ਜੀ 5। ਏ ਸੀ ਕੀ ਕਹਿੰਦੇ ਆ ਤੁਹਾਡੇ ਸਿਤਾਰੇ, ਗ੍ਰਹਿ ਮੁਤਾਬਕ, ਗੋਚਰ ਨਕਸ਼ਤਰ ਮੁਤਾਬਕ ਆਪਾਂ ਚਰਚਾ ਕੀਤੀ, ਨਾਲ ਹੀ ਵਾਸਤੂ ਮੁਤਾਬਕ ਆਪਾਂ ਤੁਹਾਨੂੰ ਛੋਟੇ ਛੋਟੇ ਟਿਪ ਦੱਸਦੇ ਰਹਿੰਦੇ ਹਾਂ। ਘਰ ਵਿੱਚ ਤੁਲਸੀ ਲਗਾਉਣਾ ਸ਼ੁਭ ਮੰਨਿਆ ਜਾਂਦਾ, ਬਿਲਕੁਲ ਸਹੀ ਹੈ, ਪੜ੍ਹਿਆ ਸੁਣਿਆ ਹੋਣਾ ਤੁਸੀਂ ਕਾਫੀ ਜਗ੍ਹਾ 'ਤੇ ਕਿ ਘਰ ਵਿੱਚ ਤੁਲਸੀ ਜੋ ਹੈ ਉਹ ਅੱਛੀ ਐਨਰਜੀ ਦਿੰਦੀ ਹੈ, ਪਰ ਤੁਲਸੀ ਰੈੱਡ ਗਮਲੇ ਵਿੱਚ ਨਹੀਂ ਲਗਾਉਣੀ ਚਾਹੀਦੀ, ਮੰਗਲ ਬੁੱਧ ਇਕੱਠੇ ਹੋ ਜਾਂਦੇ ਆ। ਦੂਸਰੀ ਗੱਲ, ਤੁਲਸੀ ਹਮੇਸ਼ਾ ਪੂਰਬ ਦਿਸ਼ਾ ਵਿੱਚ ਲਗਾ ਕੇ ਰੱਖੋ, ਪੱਛਮ ਜਾਂ ਸਾਊਥ ਦਿਸ਼ਾ ਵਿੱਚ ਤੁਲਸੀ ਨਹੀਂ ਲਗਾਉਣੀ ਚਾਹੀਦੀ। ਅਗਰ ਕਿਸੇ ਚੀਜ਼ ਦਾ ਸ਼ੁਭ ਫਲ ਲੈਣਾ ਹੈ ਤਾਂ ਅਗਰ ਉਹ ਸ਼ੁਭਤਾ ਨਾਲ ਕੀਤਾ ਜਾਵੇ ਤਾਂ ਹੀ ਸ਼ੁਭ ਫਲ ਮਿਲਦਾ ਨਾ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ ਆਹ ਕੀਤਾ ਸੀ ਪਰ ਕੁਛ ਨਹੀਂ ਦਿਖਿਆ, ਕੁਛ ਨਹੀਂ ਮਹਿਸੂਸ ਹੋਇਆ, ਕੁਛ ਵੀ ਨਹੀਂ ਹੋਇਆ, ਸਗਾਂ 'ਚ ਪ੍ਰੋਬਲਮ ਸ਼ੁਰੂ ਹੋ ਗਈ, ਤਾਂ ਕੋਈ ਵੀ ਉਪਾਅ, ਕੋਈ ਵੀ ਪਰਹੇਜ਼, ਕੋਈ ਵੀ ਚੀਜ਼ ਉਦੋਂ ਐਨਰਜੀ ਸ਼ੁਭ ਦਿੰਦੀ ਹੈ ਜਦੋਂ ਉਹ ਸਹੀ ਜਗ੍ਹਾ ਸਹੀ ਸਥਿਤੀ ਵਿੱਚ ਹੋ। ਇਸੀ ਵਾਸਤੋਂ ਟਿਪ ਸਮਾਂ ਇਜਾਜ਼ਤ ਦਾ, ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ, ਖੁਸ਼ ਰਹੋ, ਮੁਸਕਰਾਉਂਦੇ ਰਹੋ, ਮਿਲਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।